ਹਾਂਜੀ ਗਾਇਸ ਅੱਜ ਮੈਂ ਬਣਾਉਣ ਲੱਗੀ ਹਾਂ ਵਿੰਟਰ ਸਪੈਸ਼ਲ ਅਚਾਰ ਜਿਹੜਾ ਸਰਦੀਆਂ ਦੇ ਵਿੱਚ ਬੜਾ ਫੇਮਸ ਹੁੰਦਾ ਹੈ ਮੈਂ ਇਹਦੇ ਵਿੱਚ ਕੀ ਐਡ ਕਰਾਂਗੀ ਸਭ ਤੋਂ ਪਹਿਲਾਂ ਰਾਈ ਜੀਰਾ ਕਾਲੀ ਮਿਰਚ ਇਹਨੂੰ 5-10 ਮਿੰਟ ਲਈ ਮੈਂ ਰੋਸਟ ਕਰਾਂਗੀ ਐਂਡ ਬਾਅਦ ਵਿੱਚ ਪਾਵਾਂਗੀ ਮੈਂ ਮੇਥੀ ਦਾਣਾ ਮੇਥੀ ਦਾਣਾ ਵੀ ਤੁਸੀਂ ਭੁੰਨਣਾ ਚੰਗੀ ਤਰ੍ਹਾਂ ਮਤਲਬ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਚੀਜ਼ਾਂ ਜਿਹੜੀਆਂ ਮੈਂ ਐਡ ਕਰ ਰਹੀ ਹਾਂ ਉਹਨੂੰ ਪ੍ਰੋਪਰ ਰੋਸਟ ਕਰਨਾ ਹੈ ਐਂਡ ਹੁਣ ਬਾਰੀ ਆਉਂਦੀ ਹੈ ਸੌਂਫ ਦੀ ਜਿਹਦੇ ਨਾਲ ਬਹੁਤ ਜ਼ਿਆਦਾ ਇਨਹਾਂਸ ਹੁੰਦਾ ਹੈ ਅਚਾਰ ਦਾ ਟੇਸਟ ਇਨ ਲਾਸਟ ਵਿੱਚ ਮੈਂ ਯੂਜ਼ ਕਰ ਰਹੀ ਹਾਂ ਧਨੀਆ ਧਨੀਆ ਵੀ ਬਹੁਤ ਟੇਸਟੀ ਬਣਾ ਦਿੰਦਾ ਹੈ ਆਚਾਰ ਨੂੰ ਹੁਣ ਵਰੀ ਜਾਂਦੀ ਆ ਬਲੈਂਡਿੰਗ ਦੀ ਸੋ ਗਾਇਸ ਤੁਸੀਂ ਐਡ ਦਾ ਚਾਰ ਲੈ ਸਕਦੇ ਹੋ ਤੇ ਉਹਦੇ ਵਿੱਚ ਇੱਦਾਂ ਦਾ ਪ੍ਰੋਪਰ ਫਾਈਨ ਪੇਸਟ ਰੈਡੀ ਕਰਨਾ ਆ ਆਪਾਂ ਨੇ ਹੁਣ ਆਪਾਂ ਰੈਡੀ ਕਰਾਂਗੇ ਆਪਣਾ ਆਚਾਰ ਮੈਂ ਅੱਗ ਬਾਲ ਲਈ ਸੀਗੀ ਚੁੱਲ੍ਹੇ ਉੱਤੇ ਤੇ ਰੱਖ ਲਈਏ ਕੜਾਈ ਕੜਾਈ ਨੂੰ ਪ੍ਰੋਪਰ ਆਪਾਂ ਨੇ ਡਰਾਈ ਕਰਨਾ ਆ ਫਿਰ ਉਸ ਤੋਂ ਬਾਅਦ ਐਡ ਕਰਨੀਆਂ ਸਾਰੀ ਵੈਜੀਟੇਬਲਸ ਮੈਂ ਲਈ ਸੀਗਾ ਗੋਭੀ ਕਾਜਰ ਮੂਲੀ ਹਰੀ ਮੇਚ ਅਦਰਕ ਲਸਣ ਤੁਸੀਂ ਹੋਰ ਵੀ ਮਟਰ ਵਗੈਰਾ ਵੀ ਯੂਜ਼ ਕਰ ਸਕਦੇ ਹੋ ਕਾਫੀ ਲੋਕ ਕਰਦੇ ਆ एंड सब तो पड करा ए वाला ऑयल जो मैं प्री हीट कर लिया सुरु तेल ही ऐड कर दी हूँ मैं यदि बहुत ज़्यादा टेस्ट वी होता है कड़ाही मैं चुले तो नीचे उतार लिया तक मैंने हीट भी ना लगे तो जे मिक्स किए हुए मैं मसाले है उन्होंने मैं प्रोपर ऐड कर लवा सब तो पहल पावे अपना मैजिक मसाला जो अपने बना के रेडी किया बहुत ज़्यादा टेस्टी बनया से ਇਸ ਮਸਾਲੇ ਨੂੰ ਤੁਸੀਂ ਬਣਾ ਕੇ ਸਟੋਰ ਵੀ ਕਰ ਸਕਦੇ ਹੋ ਐਂਡ ਹੁਣ ਆਪਾਂ ਪਾਵਾਂਗੇ ਲਾਲ ਮਿਰਚ ਪਾਊਡਰ ਉਸ ਪਰਮਿਕ ਪਾਊਡਰ ਐਂਡ ਨਮਕ ਟਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਮੈਂ ਤਾਂ ਨਾਰਮਲ ਨਮਕ ਹੀ ਖਾਂਦੀ ਹੁੰਨੀ ਆ ਸੋ ਮੈਂ ਜ਼ਿਆਦਾ ਨਮਕ ਨਹੀਂ ਲਾਈ ਕਰਦੀ ਹੈਗੀ ਐਂਡ ਲਾਸਟ ਵਿੱਚ ਪਾ ਰਹੇ ਆ ਆਪਾਂ ਆਪਣਾ ਵਿਨੀਗਰ ਇਹਦੇ ਨਾਲ ਵੀ ਬਹੁਤ ਜ਼ਿਆਦਾ ਟੇਸਟ ਵਧੀਆ ਹੁੰਦਾ ਆ ਚਾਰ ਬਹੁਤ ਜ਼ਿਆਦਾ ਟੈਂਪਟਿੰਗ ਲੱਗ ਰਿਹਾ ਸੀਗਾ ਐਂਡ ਹੁਣ ਆਪਾਂ ਪਾਵਾਂਗੇ ਕਲੌਂਜੀ ਜੋ ਅਚਾਰ ਨੂੰ ਬਹੁਤ ਜ਼ਿਆਦਾ ਵਧੀਆ ਬਣਾ ਦਿੰਦੀ ਹੈ ਇਹਦੇ ਨਾਲ ਜਿਹੜੀ ਬਿਊਟੀ ਹੁੰਦੀ ਹੈ ਅਚਾਰ ਦੀ ਹੋਰ ਵੀ ਜ਼ਿਆਦਾ ਇਨਹਾਂਸ ਹੋ ਜਾਂਦੀ ਹੈ ਸਮ ਟਾਈਮ ਆਪਣੇ ਘਰੇ ਸਬਜ਼ੀ ਨਹੀਂ ਹੁੰਦੀ ਤਾਂ ਤੁਸੀਂ ਇਸ ਅਚਾਰ ਨੂੰ ਖਾ ਸਕਦੇ ਹੋ ਪਰਾਂਠਿਆਂ ਨਾਲ ਬਹੁਤ ਏਸੀ ਲੱਗਦਾ ਹੈ ਆ ਰਾਈਸ ਨਾਲ ਵੀ ਇਹ ਅਚਾਰ ਬਹੁਤ ਜ਼ਿਆਦਾ ਯਮੀ ਲੱਗਦਾ ਹੈ ਥੈਂਕ ਯੂ